ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਦਾ ਜਿਹੜਾ ਮੈਂ ਤੁਹਾਡੇ ਨਾਲ ਬਲੌਗ ਸ਼ੇਅਰ ਕਰ ਰਹੀ ਹਾਂ ਜੀ, ਇਹ ਬਰਥਡੇ ਸੈਲੀਬ੍ਰੇਸ਼ਨ ਦਾ। ਸੋ ਅੱਜ ਹਰਪ ਦੇ ਪਾਪਾ ਦਾ ਬਰਥਡੇ ਹੈ ਅਤੇ ਉਹਨਾਂ ਲਈ ਮੈਂ ਕੇਕ ਬਣਾ ਰਹੀ ਹਾਂ ਅਤੇ ਮੇਰੇ ਕੋਲ ਕੁਛ ਬਿਸਕਿਟ ਪਏ ਸੀ ਘਰੇ ਅਤੇ ਮੈਂ ਬਿਸਕਿਟ ਦਾ ਕੇਕ ਬਣਾਊਂਗੀ, ਚੋਕਲੇਟ ਫਲੇਵਰ ਵਾਲਾ। ਅਤੇ ਉਸ ਤੋਂ ਬਾਅਦ ਅਸੀਂ ਕਿਵੇਂ ਸੈਲੀਬ੍ਰੇਸ਼ਨ ਕਰਾਂਗੇ ਅਤੇ ਕੀ ਕੁਛ ਬਣਾਵਾਂਗੇ ਬਰਥਡੇ ਸੈਲੀਬ੍ਰੇਸ਼ਨ ਲਈ, ਓਬਵੀਅਸ ਵੀਡੀਓਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ। ਸੋ ਵੀਡੀਓ ਨੂੰ ਫੁੱਲ ਵਾਚ ਕਰਿਓ ਜੀ, ਅਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਅਤੇ ਚੈਨਲ ਦੇ ਨਵੇਂ ਆਏ ਤਾਂ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ। ਲਓ ਜੀ, ਹੁਣ ਆਪਾਂ ਕੇਕ ਬਣਾਉਣੇ ਆ ਅਤੇ ਕੇਕ ਬਣਾਉਣ ਵਾਸਤੇ ਮੇਰੇ ਕੋਲ ਇੰਨੇ ਕੁ ਬਿਸਕਿਟ ਪਏ ਸੀ, ਜਾਂ 2 ਪੈਕਟ ਬਿਸਕਿਟ ਦੇ ਸੀਗੇ। ਅਤੇ ਇਹਦੇ ਲਈ ਦੁੱਧ ਚਾਹੀਦਾ ਹੋਊ, ਇਨੋ ਦਾ ਪੈਕਟ ਚਾਹੀਦਾ ਹੋਊ, ਇੱਕ ਤਾਂ ਥੋੜ੍ਹੇ ਜਿਹੇ ਡਰਾਈ ਫਰੂਟਸ ਚਾਹੀਦੇ ਆਪਾਂ ਨੂੰ। ਅਤੇ ਮਿਕਸੀ ਵਾਲੇ ਜਾਰ 'ਚ ਪਾ ਕੇ ਆ ਜਿਹੜਾ ਬਿਸਕਿਟ ਨੂੰ ਮੈਂ ਇਸ ਤਰ੍ਹਾਂ ਤੋੜ ਕੇ ਪਾਊਂਗੀ। ਜਿਹੜਾ ਉਸ ਦਿਨ ਅਸੀਂ ਕਮਲ ਕੇ ਪਿੰਡ ਕੇਕ ਬਣਾਇਆ ਸੀ, ਬਿਸਕਿਟ ਦਾ ਸਾਨੂੰ ਕਾਫੀ ਟਾਈਮ ਲੱਗ ਗਿਆ ਸੀ। ਕਮਲ ਨੇ ਮਸਾਂ ਉਹਦਾ ਜਿਹੜਾ ਵੀ ਕਾਫੀ ਟਾਈਮ 'ਚ ਜਿਹੜਾ ਪਾਊਡਰ ਬਣਾਇਆ ਸੀ ਬਿਸਕਿਟ ਦਾ, ਕਿਉਂਕਿ ਅਸੀਂ ਜਿਹੜੇ ਬਿਸਕਿਟ ਆ ਉਹ ਸਾਫ ਤੋਂ ਹੀ ਪਾਤੇ ਸੀ, ਇਸ ਤਰ੍ਹਾਂ ਅਸੀਂ ਉਹਨਾਂ ਦੇ ਪੀਸ ਹੀ ਨਹੀਂ ਕੀਤੇ ਸੀ ਅਤੇ ਸਾਡੇ ਦਿਮਾਗ 'ਚ ਵੀ ਨਹੀਂ ਆਈ ਗੱਲ ਵੀ ਅਸੀਂ ਪੀਸ ਕਰਕੇ ਪਾ ਲਈਏ, ਛੇਤੀ ਹੈ ਜਿਹੜਾ ਜਿਹੜਾ ਪਾਊਡਰ ਬਣ ਜੂ। ਅਤੇ ਜਿਵੇਂ ਆਪਾਂ ਬਰੀਕ ਹੈ ਜਿਹੜਾ ਇਹਨਾਂ ਨੂੰ ਇਸ ਤਰ੍ਹਾਂ ਟੁਕੜੇ ਕਰਕੇ ਪਾ ਲੈਂਦੇ ਮਿਕਸੀ 'ਚ, ਛੇਤੀ ਹੈ ਜਿਹੜਾ ਇਹਦਾ ਪਾਊਡਰ ਬਣ ਜਾਂਦਾ। ਅਤੇ ਮੈਂ ਪਹਿਲਾਂ ਇਹਦਾ ਪਾਊਡਰ ਬਣਾ ਲੂੰਗੀ। ਲਓ ਜੀ, ਹੁਣ ਬਿਸਕਿਟ ਦਾ ਜਿਹੜਾ ਪਾਊਡਰ ਬਣਾ ਲਿਆ, ਦੇਖੋ ਕਿੰਨਾ ਵਧੀਆ ਬਰੀਕ ਪਾਊਡਰ ਬਣਿਆ ਇਹਦਾ, ਦੇਖੋ ਇਸ ਤਰ੍ਹਾਂ ਪਾਊਡਰ ਬਣ ਚੁੱਕਿਆ ਇਹ। ਸੋ ਹੁਣ ਆਪਾਂ ਇਹਨੂੰ ਇੱਕ ਖੁੱਲ੍ਹੇ ਬਰਤਨ ਦੇ ਵਿੱਚ ਕੱਢ ਲਾਂਗੇ। ਅਤੇ ਮੈਂ ਹਰ ਇੱਕ ਚੀਜ਼ ਤੁਹਾਨੂੰ ਡਿਟੇਲ 'ਚ ਦੱਸਣ ਦੀ ਕੋਸ਼ਿਸ਼ ਕਰਦੀ ਹੁੰਦੀ ਹਾਂ ਵੀ ਤੁਸੀਂ ਜੋ ਵੀ ਮੈਂ ਰੈਸਪੀ ਬਣਾਉਣੀ ਹੈ ਤੁਸੀਂ ਘਰੇ ਵਧੀਆ ਈਜ਼ੀਲੀ ਬਣਾ ਲਓ। ਸੋ ਆਪਾਂ ਸਾਰਾ ਕੱਢ ਲਾਂਗੇ, ਦੇਖੋ ਕਿੰਨਾ ਵਧੀਆ ਪਾਊਡਰ ਬਣਿਆ ਇਹ, ਬਿਲਕੁਲ ਬਰੀਕ ਪਾਊਡਰ ਬਣ ਗਿਆ। ਲਓ ਜੀ, ਹੁਣ ਇਹਦੇ ਵਿੱਚ ਆਪਾਂ ਦੁੱਧ ਪਾਵਾਂਗੇ ਅਤੇ ਦੁੱਧ ਆਪਾਂ ਜਿੰਨਾ ਕੁ ਇਹਦਾ ਮਤਲਬ ਪੇਸਟ ਬਣਾਉਣਾ ਗਾ, ਬੈਟਰ ਨੂੰ ਬਣਾਉਣਾ ਜਿਵੇਂ ਆਪਾਂ। ਸੋ ਚਮਚ ਦੀ ਮਦਦ ਨਾਲ ਵੀ ਤੁਸੀਂ ਮਿਕਸ ਕਰ ਸਕਦੇ ਹੋ। ਅਤੇ ਆਪਾਂ ਥੋੜ੍ਹਾ ਥੋੜ੍ਹਾ ਕਰਕੇ ਦੁੱਧ ਪਾਵਾਂਗੇ ਕਿਉਂਕਿ ਜ਼ਿਆਦਾ ਆਪਾਂ ਇਹਨੂੰ ਪਤਲਾ ਨਹੀਂ ਕਰਨਾ। ਅਤੇ ਮੈਂ ਬਣਾਉਂਗੀ ਇੱਥੇ ਚੋਕਲੇਟ ਫਲੇਵਰ ਵਾਲਾ ਕੇਕ। ਸੋ ਜੇ ਤੁਹਾਡੇ ਕੋਲ ਚੋਕਲੇਟ ਪਾਊਡਰ ਹੈ ਨਹੀਂ ਘਰੇ, ਤਾਂ ਕਈ ਵਾਰ ਆਪਣੇ ਘਰੇ ਚੋਕਲੇਟ ਫਲੇਵਰ ਵਾਲੇ ਹੋਰ ਵੀ ਕਈ ਪਾਊਡਰ ਪਏ ਹੁੰਦੇ, ਉਹ ਵੀ ਆਪਾਂ ਯੂਜ਼ ਕਰ ਸਕਦੇ। ਨਹੀਂ ਤੁਸੀਂ ਚੋਕਲੇਟ ਵਾਲੇ ਆ ਜਿਹੜੇ ਬਿਸਕਿਟ ਲਾ ਲਓ, ਚੋਕਲੇਟ ਵਾਲੇ ਬਿਸਕਿਟ ਨਾਲ ਵੀ ਆਪਾਂ ਬਣਾ ਸਕਦੇ ਹਾਂ। ਥੋੜ੍ਹਾ ਥੋੜ੍ਹਾ ਕਰਕੇ ਦੁੱਧ ਪਾਵਾਂਗੇ, ਕਿਹੜਾ ਨਹੀਂ ਆਪਾਂ ਸਾਰਾ ਦੁੱਧ ਪਾਵਾਂਗੇ। ਇਹਨੂੰ ਮੈਂ ਚੰਗੀ ਤਰ੍ਹਾਂ ਇਸ ਤਰ੍ਹਾਂ ਮਿਕਸ ਕਰ ਲੂੰਗੀ ਵੀ ਇਹਦੇ ਵਿੱਚ ਕੋਈ ਨਾ ਗੰਢਾ ਨਾ ਬਣ ਜਾਣ ਆਪਣੇ ਬੈਟਰ ਦੀਆਂ, ਵੀ ਬਿਲਕੁਲ ਜਿਹੜਾ ਬੈਟਰ ਵਧੀਆ ਬਣੇ। ਦੇਖੋ ਜੀ, ਇਸ ਤਰ੍ਹਾਂ ਆਪਣਾ ਬੈਟਰ ਹੋਣਾ ਚਾਹੀਦਾ, ਜ਼ਿਆਦਾ ਪਤਲਾ ਨਹੀਂ ਆਪਾਂ ਕਰਨਾ। ਅਤੇ ਹੁਣ ਇਹਦੇ ਵਿੱਚ ਕੋਕੋ ਪਾਊਡਰ ਪਾਵਾਂਗੇ ਆਪਾਂ, ਯਾਨੀ ਕਿ ਚੋਕਲੇਟ ਪਾਊਡਰ। ਮੈਂ ਚੋਕਲੇਟ ਵਾਲਾ ਕੇਕ ਬਣਾਉਂਗੀ, ਸੋ ਆਪਾਂ 1 ਤੋਂ 2 ਚਮਚ ਜਿਹੜੇ ਪਾ ਲਾਂਗੇ। ਸੋ ਇਹਦੇ ਵਿੱਚ ਆਪਾਂ 1 ਚਮਚ ਕੋਕੋ ਪਾਊਡਰ ਦਾ ਪਾ ਲਾਂਗੇ ਅਤੇ ਇਹਨੂੰ ਚੰਗੀ ਤਰ੍ਹਾਂ ਜਿਹੜਾ ਮਿਕਸ ਕਰ ਲਾਂਗੇ ਵਿੱਚ। ਜੇ ਤੁਹਾਡੇ ਕੋਲ ਵਨੀਲਾ ਐਸੈਂਸ ਹੈਗਾ ਤਾਂ ਤੁਸੀਂ ਵਨੀਲਾ ਐਸੈਂਸ ਵੀ ਪਾ ਸਕਦੇ ਹੋ। ਹੁਣ ਇਹਦੇ ਵਿੱਚ ਆਪਾਂ ਡਰਾਈ ਫਰੂਟਸ, ਜੇ ਤੁਸੀਂ ਉੱਪਰੋਂ ਵੀ ਪਾਉਣੇ ਆ ਕੇਕ ਦੇ ਬੈਟਰ ਨੂੰ, ਹੈ ਜਿਹੜਾ ਬਰਤਨ ਦੇ ਵਿੱਚ ਪਾ ਕੇ ਜਦੋਂ ਬੇਕ ਕਰਨ ਵਾਸਤੇ ਰੱਖੋਗੇ ਉਦੋਂ ਵੀ ਪਾ ਸਕਦੇ ਹੋ, ਅਤੇ ਐਂ ਵੀ ਵਿੱਚ ਆ ਜਿਹੜਾ ਬਰੀਕ ਕੱਟ ਕੇ ਵੀ ਪਾ ਸਕਦੇ ਹੋ। ਹੁਣ ਆਪਾਂ ਇਹਦੇ ਵਿੱਚ ਈਨੋ ਰਹਿ ਗਈ ਵੀ ਇਹ ਫਲੱਫੀ ਬਣੇ, ਉਹ ਆਪਾਂ ਈਨੋ ਉਦੋਂ ਹੀ ਪਾਵਾਂਗੇ ਜਦੋਂ ਆਪਾਂ ਬੇਕ ਕਰਨ ਵਾਸਤੇ ਰੱਖਣਾ ਨਾਲ ਦੀ ਨਾਲ। ਲਓ ਜੀ, ਹੁਣ ਇਹ ਤਿਆਰ ਹੋ ਗਿਆ ਅਤੇ ਆਪਾਂ ਜਿਹੜੇ ਡਰਾਈ ਫਰੂਟਸ ਆਪਣੇ ਕੋਲ ਬਦਾਮ ਥੋੜ੍ਹੇ ਜਿਹੇ ਮੈਂ ਬਰੀਕ ਕੱਟ ਲਊਂਗੀ। ਲਓ ਜੀ, ਮੈਂ ਜਿਹੜੇ ਬਰੀਕ ਬਰੀਕ ਹੈ ਡਰਾਈ ਫਰੂਟਸ ਕੱਟ ਲੈਂਦੀ ਹਾਂ, ਤੁਸੀਂ ਐਂ ਵੀ ਜਿਹੜੇ ਕਾਜੂ ਨੇ ਐਵੇਂ ਪਾ ਸਕਦੇ ਹੋ, ਪਰ ਆਪਾਂ ਬਰੀਕ ਬਰੀਕ ਕੱਟ ਕੇ ਪਾਵਾਂਗੇ ਸਾਰੇ। ਅਤੇ ਇੱਧਰ ਮੈਂ ਕੁੱਕਰ 'ਚ ਬਣਾਉਂਗੀ ਕੇਕ। ਕੁੱਕਰ ਦੇ ਵਿੱਚ ਮੈਂ ਨਮਕ ਪਾ ਕੇ ਅਤੇ ਸਟੈਂਡ ਰੱਖ ਕੇ ਜਿਹੜਾ ਪਹਿਲੇ ਰੱਖਤਾ ਵੀ ਉਦੋਂ ਤੱਕ ਜਿਹੜਾ ਗਰਮ ਹੋ ਜਾਏ ਥੋੜ੍ਹਾ ਜਿਹਾ, ਅਤੇ ਸਲੋ ਫਲੇਮ 'ਤੇ ਰੱਖਿਆ ਮੈਂ, 5 ਕੁ ਮਿੰਟ ਪਹਿਲੇ ਰੱਖ ਦਿੰਦੇ ਹਾਂ ਆਪਾਂ, ਜ਼ਿਆਦਾ ਟਾਈਮ ਨਹੀਂ ਰੱਖਣਾ ਗਾ। ਫਿਰ ਆਪਣਾ ਕੇਕ ਹੈ ਜਿਹੜਾ, ਫਿਰ ਜਦੋਂ ਨਾਲ ਦੀ ਨਾਲ ਆਪਾਂ ਵਿੱਚ ਪਾਉਂਦੇ ਹਾਂ, ਕਈ ਵਾਰ ਐਵੇਂ ਵੀ ਜ਼ਿਆਦਾ ਸੇਕ ਲੱਗ ਜਾਂਦਾ ਉਹਨੂੰ, ਜ਼ਿਆਦਾ ਜਲ ਜਾਂਦਾ। ਲਓ ਜੀ, ਹੁਣ ਵਿਸਕਰ ਨੂੰ ਜਿਹੜਾ ਮੈਂ ਸਾਈਡ 'ਤੇ ਕੱਢ ਕੇ ਰੱਖ ਦੂੰਗੀ, ਕਿਉਂਕਿ ਜਦੋਂ ਮੈਂ ਇਨੋ ਪਾਉਂਗੀ ਨਾ ਇਹਦੇ ਵਿੱਚ, ਅਤੇ ਫਿਰ ਆਪਾਂ ਵਿਸਕਰ ਨਾ ਜ਼ਿਆਦਾ ਵਿਸਕ ਨਹੀਂ ਕਰਨਾ ਇਹਨੂੰ, ਮਤਲਬ ਕਿ ਜ਼ਿਆਦਾ ਨਹੀਂ ਆਪਾਂ ਮਿਲਾਉਣਾ ਵਿਸਕਰ ਦੀ ਮਦਦ ਨਾਲ, ਫਿਰ ਬਬਲਸ ਆ ਜਿਹੜੇ ਖਤਮ ਹੋ ਜਾਣਗੇ ਨਾਲ ਦੀ ਨਾਲ ਇਨੋ ਨਾਲ ਜਿਹੜੇ ਬਣਦੇ, ਤਾਂ ਆਪਣਾ ਕੇਕ ਆ ਜਿਹੜਾ ਫਲੱਫੀ ਨਹੀਂ ਬਣਨਾ। ਸੋ ਹੁਣ ਇਹਦੇ ਵਿੱਚ ਮੈਂ ਇਨੋ ਪਾਊਂਗੀ, ਜਿੰਨੇ ਬਿਸਕਿਟ ਲੈਤੇ ਉਸ ਹਿਸਾਬ ਨਾਲ ਤੁਸੀਂ 1 ਪੈਕਟ ਵੀ ਪਾ ਸਕਦੇ ਹੋ। ਸੋ 1 ਪੈਕਟ ਇਨੋ ਪਾਊਂਗੀ ਮੈਂ, ਇਹਦੇ ਉੱਪਰ ਮੈਂ 1 ਚਮਚ ਦੁੱਧ ਦਾ ਪਾਊਂਗੀ ਵੀ ਤਾਂ ਜੋ ਇਹਦੇ 'ਚ
ਚੰਗੀ ਤਰ੍ਹਾਂ ਇਹ ਮਿਕਸ ਹੋ ਜਾਣੀਆਂ, ਗੰਢਾਂ ਨਾ ਬਣ ਜਾਣ ਅਤੇ ਵਧੀਆ ਬਬਲਸ ਬਣ ਜਾਣ ਇਹਨੂੰ ਦੇ ਉੱਪਰ। ਇਸ ਤਰ੍ਹਾਂ ਦੇਖੋ ਬਬਲਸ ਬਣਨੇ ਸਟਾਰਟ ਹੋ ਗਏ ਇਹਦੇ, ਅਤੇ ਹੁਣ ਆਪਾਂ ਇਹਨੂੰ ਫਟਾਫਟ ਹੈ ਜਿਹੜਾ ਨਾਲ ਦੀ ਨਾਲ ਮਿਲਾ ਦਿਆਂਗੇ ਇਹਦੇ ਵਿੱਚ। ਇਹਨੂੰ ਪਾਉਣ ਤੋਂ ਬਾਅਦ ਇਹਨੂੰ ਆਪਾਂ ਬੈਟਰ ਨੂੰ ਜ਼ਿਆਦਾ ਟਾਈਮ ਬਾਹਰ ਨਹੀਂ ਰੱਖਣਾ ਕਿਉਂਕਿ ਇਹ ਫੁੱਲ ਜਾਂਦਾ, ਅਤੇ ਜਿੰਨਾ ਛੇਤੀ ਛੇਤੀ ਆਪਾਂ ਇਹਨੂੰ ਕੇਕ ਨੂੰ ਬਣਨ ਵਾਸਤੇ ਰੱਖ ਦਾਂਗੇ ਉੱਨਾ ਹੀ ਆਪਣਾ ਕੇਕ ਬਹੁਤ ਜ਼ਿਆਦਾ ਫਲੱਫੀ ਬਣੂਗਾ, ਅਤੇ ਜ਼ਿਆਦਾ ਕਾਲੀ ਕਾਲੀ ਵੀ ਨਹੀਂ ਮਿਲਾਉਣਾ, ਫਿਰ ਇਹ ਬਾਅਦ ਵਿੱਚ ਕੇਕ ਆਪਣਾ ਟੁੱਟ ਜੂਗਾ। ਦੇਖੋ ਮਿਕਸ ਹੋ ਗਿਆ ਜੀ ਫਟਾਫਟ, ਹੁਣ ਆਪਾਂ ਡੋਂਗਾ ਲੈ ਲਾਂਗੇ, ਇੱਕ ਡੋਂਗੇ ਦੇ ਵਿੱਚ ਆਪਾਂ ਘਿਓ ਗਰੀਸ ਕਰ ਲਾਂਗੇ, ਅਤੇ ਫਟਾਫਟ ਕੇਕ ਨੂੰ ਜਿਹੜਾ ਬੇਕ ਕਰਨ ਵਾਸਤੇ ਰੱਖ ਦੂੰਗੀ ਮੈਂ। ਸੋ ਮੈਂ ਘਿਓ ਨੂੰ ਜਿਹੜਾ ਗਰੀਸ ਕਰ ਲੂੰਗੀ ਇਸ ਤਰ੍ਹਾਂ, ਅਤੇ ਫਟਾਫਟ ਇਹਦੇ ਵਿੱਚ ਬੈਟਰ ਹੈ ਜਿਹੜਾ ਸਾਰਾ ਪਾ ਦੂੰਗੀ। ਦੇਖੋ ਕਿੰਨਾ ਫਲੱਫੀ ਬਣ ਗਿਆ ਇਹ ਇਨੋ ਪਾਉਣ ਨਾਲ, ਸਾਰਾ ਬੈਟਰ ਪਾ ਦੂੰਗੀ ਇਹਦੇ ਵਿੱਚ। ਲਓ ਜੀ ਆਪਾਂ ਇਹਨੂੰ ਟੈਪ ਕਰ ਦਿਆਂਗੇ ਚੰਗੀ ਤਰ੍ਹਾਂ ਵੀ ਜਿਹੜਾ ਇਹ ਸੈੱਟ ਹੋ ਜਾਏ ਆਪਣਾ ਬੈਟਰ, ਅਤੇ ਇਹਦੇ ਵਿੱਚ ਜਿਹੜੇ ਆਪਣੇ ਕੋਲ ਡਰਾਈ ਫਰੂਟਸ ਆ ਇਹ ਸਾਰੇ ਪਾ ਦਿਆਂਗੇ ਆਪਾਂ ਮਿਕਸ ਕਰਕੇ ਇਹਦੇ ਉੱਪਰ ਇਸ ਤਰ੍ਹਾਂ। ਲਓ ਜੀ ਹੁਣ ਆਪਣਾ ਕੂਕਰ ਉੱਧਰ ਗਰਮ ਹੋ ਗਿਆ, ਕੂਕਰ ਦੇ ਵਿੱਚ ਆ ਜਿਹੜਾ ਮੈਂ ਕੇਕ ਰੱਖ ਦੂੰਗੀ ਇਸ ਤਰ੍ਹਾਂ, ਅਤੇ ਹੁਣ ਇਹਨੂੰ ਆਪਾਂ ਕੂਕਰ ਦੀ ਜਿਹੜੀ ਸਾਈਡ ਵਾਲੀ ਬੈਲਟ ਅਤੇ ਸੀਟੀ ਉਤਾਰਤੀ ਹੈ, ਇਹ ਜ਼ਰੂਰ ਤੁਸੀਂ ਧਿਆਨ ਰੱਖਣਾ ਕਿ ਆਪਾਂ ਡਾਲ ਦਿੰਦੇ ਕੂਕਰ। ਅਤੇ ਲਓ ਜੀ ਫਲੇਮ ਹੈ ਜਿਹੜੀ ਬਿਲਕੁਲ ਸਲੋਅ, ਅਤੇ ਮੈਂ ਬਣਾਉਂਗੀ ਸਲੋਅ ਫਲੇਮ 'ਤੇ ਜਿਹੜਾ ਇਹ 40 ਤੋਂ 45 ਮਿੰਟਾਂ ਦੇ ਵਿੱਚ। ਕਈ ਵਾਰ ਆਪਾਂ ਜੇ ਜ਼ਿਆਦਾ ਵੀ ਸਲੋਅ ਫਲੇਮ ਰੱਖਦੇ ਆਪਾਂ ਨੂੰ 50 ਕੁ ਮਿੰਟ ਲੱਗ ਜਾਂਦੇ ਆ, ਸੋ ਕੇਕ ਆਪਣਾ ਬੇਕ ਹੋ ਜੂ ਬੇਸਰੀ ਆਪਾਂ ਚੈੱਕ ਵੀ ਕਰ ਲਾਂਗੇ, ਅਤੇ ਉਦੋਂ ਤੱਕ ਅਸੀਂ ਦੂਜੀ ਤਿਆਰੀ ਕਰਦੇ ਹਾਂ। ਅਤੇ ਬਣ ਚੁੱਕਿਆ ਕੇਕ, ਤਾਂ ਆਪਾਂ ਕੂਕਰ ਜਿਹੜਾ ਬੰਦ ਕਰਤਾ, ਦੇਖੋ ਇਸ ਤਰ੍ਹਾਂ ਬਣ ਚੁੱਕਿਆ। ਹੁਣ ਆਪਾਂ ਇਹਨੂੰ ਠੰਡਾ ਕਰਾਂਗੇ, ਅਤੇ ਠੰਡਾ ਕਰਨ ਤੋਂ ਬਾਅਦ ਜਿਹੜਾ ਪਲੇਟ ਦੇ ਵਿੱਚ ਕੱਢ ਲੈਂਦੇ ਹਾਂ। ਕੀ ਕਰੀਏ ਨਾ ਆਪਦੇ ਬਰਥਡੇ ਦੀ ਆਪੀ ਤਿਆਰੀ। ਸੋ ਇਹ ਦੇਖੋ ਜੀ ਇੱਧਰ ਹਰਫ ਦੇ ਪਾਪਾ ਜਿਹੜੇ ਬੈਲੂਨ ਲਾਈ ਜਾਂਦੇ, ਹਰਫ ਜਿੱਦ ਕਰਨ ਲੱਗ ਗਿਆ, ਕਹਿੰਦਾ ਪਾਪਾ ਬੈਲੂਨ ਲਾ ਕੇ ਫਿਰ ਕੇਕ ਕੱਟਣਾ, ਸਾਰਾ ਸਮਾਨ ਅੰਦਰੋਂ ਚੱਕੀ ਆਉਂਦਾ, ਦੇਖੋ ਮੈਟ ਮੂਟ ਨਹੀਂ ਹਰਫਾਂ ਹੀ ਕਰਦਾ ਹੁੰਦਾ ਜੀ। ਉਸ ਦਿਨ ਐਨਵਰਸਰੀ ਸੀ, ਉਦੇ ਵੀ ਮੰਮਾ ਫਟਾਫਟ ਸਫਾਈ ਕਰਕੇ ਐਂ ਕਰਕੇ ਇਹਨੂੰ ਬਹੁਤ ਸ਼ੌਂਕ ਹੈ, ਅਤੇ ਸਾਰੇ ਬੈਲੂਨ ਫਲਵਾ ਕੇ ਕਹਿੰਦਾ ਨਹੀਂ ਪਾਪਾ ਇੱਥੇ ਲਾਉਣੇ, ਇੱਕ ਤੂੰ ਲਾਉਣਾ, ਇੱਕ ਮਿੰਟ ਲਾ ਲਈ ਇੱਕ ਮਿੰਟ, ਮੈਂ ਨੀਰਾ ਪਾਇਆ ਮੈਂ ਚੰਗਾ, ਅਤੇ ਤੁਸੀਂ ਲਾ ਲਓ ਉਹਨੇ, ਫਿਰ ਕੇਕ ਵੀ ਠੰਡਾ ਹੁੰਦਾ ਉਹਨੂੰ ਕੱਢ ਲੂੰਗੀ ਮੈਂ। ਸੋ ਦੇਖੋ ਜੀ ਸਾਡਾ ਸਾਦੇ ਤਰੀਕੇ ਨਾਲ ਸਾਡਾ ਹੈਪੀ ਬਰਥਡੇ ਹਰਫ ਦੇ ਪਾਪਾ ਦਾ, ਹਰਫ ਦੇ ਕਹਿੰਦੇ ਵੀ ਹੈਪੀ ਬਰਥਡੇ। ਹਰਫ ਕੀ ਹੈ ਪਾਪੇ ਦਾ ਅੱਜ, ਅਤੇ ਪਾਪੇ ਨੂੰ ਹੈਪੀ ਬਰਥਡੇ ਨਹੀਂ ਕਿਹਾ ਤੂੰ? ਹਰਫ ਨੇ ਸੁਬਹਾ ਹੁਣ ਤਾਂ ਕਿਹਾ ਨਹੀਂ ਜੀ, ਹਰਫ ਨੇ ਅੱਜ ਸੁਬਹਾ ਹੀ ਉੱਠ ਕੇ ਨਾ ਪਾਪੇ ਨੂੰ ਕਹਿੰਦਾ ਪਾਪਾ ਹੈਪੀ ਬਰਥਡੇ ਟੂ ਯੂ, ਹੈ ਨਾ ਹਰਫਾਂ ਕਿਹਾ ਸੀ ਨਾ, ਤੂੰ ਲਾਉਣਾ, ਤੂੰ ਲਾ ਲਈ ਇੱਕ, ਹੈ ਨਾ ਹਰਫ? ਮੇਰੀ ਗੱਲ ਸੁਣ ਲੈ, ਇੱਧਰ ਮੰਮਾ ਦੀ ਗੱਲ ਸੁਣ ਲੈ, ਤੂੰ ਪਾਪੇ ਨੂੰ ਕਿਵੇਂ ਕਿਹਾ ਸੀ ਹੈਪੀ ਬਰਥਡੇ ਸੁਬਹਾ ਉੱਠ ਕੇ? ਚੇਪੀ ਚੇਪੀ ਉੱਤੇ ਲੱਗ ਗਈ ਹੈ, ਲਾ ਦੇ। ਦੇਖਿਆ ਸਿੰਪਲ ਜਿਹੇ ਤਰੀਕੇ ਨਾਲ ਕਿੰਨੀ ਸੋਹਣੀ ਲੱਗਣ ਲੱਗ ਗਈ ਕੰਧ, ਹੈ ਨਾ? ਤੇਰਾ ਹੱਥ ਨਹੀਂ ਪਹੁੰਚਣਾ ਹਰਫ, ਤਾਂ ਤੂੰ ਇੰਨੇ ਲੈ ਲੈ ਨਾ, ਉਹ ਰੱਖ ਲੈ ਬੈਲੂਨ, ਉਹ ਫਿਰ ਫੈਲਾ ਲਈ ਆਵਾ ਨਾ, ਹੋ ਗਿਆ। ਥੈਂਕ ਯੂ, ਤੈਨੂੰ ਪਤਾ ਲੱਗ ਗਿਆ ਸੀ ਪਾਪੇ ਨੂੰ ਕਹਿਣਾ ਹੈ, ਹੁੰਦਾ ਹੀ ਹਰਫ ਨੇ ਸਾਰਿਆਂ ਨੂੰ ਪਹਿਲਾਂ ਕਹੀ ਦਿੱਤਾ ਤੜਕੇ ਉੱਠ ਕੇ, ਤੇ ਸਾਰਿਆਂ ਨੂੰ ਸੁਬਹਾ ਸੁਬਹਾ ਕਿਹਾ ਸੀ, ਮੇਰੇ ਤੋਂ ਵੀ ਪਹਿਲਾਂ ਕਿਹਾ ਸੀ ਹੈਪੀ ਬਰਥਡੇ ਟੂ ਯੂ ਪਾਪਾ। ਤੇ ਡੈਕੋਰੇਸ਼ਨ ਵੀ ਜਿਹੜੀ ਕੀਤੀ ਹੈ ਹਰਫ ਦੇ ਕਹਿਣ ਤੇ ਹੋਈ ਹੈ ਇਹ, ਹਰਫ ਕਹਿੰਦਾ ਬਲਬਲੇ ਲਾਉਣੇ ਅਸੀਂ ਤਾਂ ਕਿਹਾ ਸੀ ਵੀ ਨਹੀਂ ਲਾਉਣੇ, ਰਹਿਣ ਦੇ ਹਰਫ ਲਾ ਦਈਏ ਹੈ, ਜਵਾਕਾਂ ਨੂੰ ਸ਼ੌਂਕ ਹੀ ਹੁੰਦਾ ਜੀ ਬੱਚਿਆਂ ਨੂੰ। ਚਲੋ ਫਿਰ ਕੇਕ ਕੱਟੀਏ, ਤੇ ਆ ਜਾਓ ਫਿਰ ਸਾਰੇ, ਚਲੋ ਸਾਰੇ ਜਣੇ ਆ ਜਾਓ ਕੇਕ ਕੱਟੀਏ, ਹੈ ਨਾ? ਚਲੋ ਜੀ ਆ ਲਓ ਤੁਹਾਡਾ ਕੇਕ ਚੌਕਲੇਟ। Happy birthday to you. Harpa kya hai? Happy birthday to you. Happy birthday to you. Happy birthday to you. Asi khawana si pehla tenu. Chal kon dass. Hun Harpa khawauga api mainu. Kine banaya Harpa cake? Tasty banaya? Haan.
ਹਰਪ ਦਾ ਫੇਵਰੇਟ ਕੇਕ ਚੋਕਲੇਟ ਵਾਲਾ। ਅਤੇ ਲਓ ਜੀ, ਹਰਪ ਦੇ ਪਾਪਾ ਦਾ ਬਰਥਡੇ ਸੀਗਾ, ਅਸੀਂ ਸੈਲੀਬ੍ਰੇਟ ਕਰ ਲਿਆ ਘਰ ਕੇਕ ਬਣਾ ਕੇ, ਬਹੁਤ ਟੇਸਟੀ ਕੇਕ ਬਣਿਆ। ਅਤੇ ਇਹਨਾਂ ਨੇ ਇੱਕ ਮੈਂ ਤਾਂ ਹੋਰ ਵੀ ਰੈਸਪੀ ਬਣਾਈ ਆਪਣੀ ਫੇਵਰੇਟ ਹਰਪ ਅਤੇ ਹਰਪ ਦੇ ਪਾਪੇ। ਇਹਨਾਂ ਨੇ ਜੀ ਬਹੁਤ ਮਿਹਨਤ ਕੀਤੀ ਹਰਪ ਨੇ ਅਤੇ ਹਰਪ ਦੀ ਮੰਮਾ ਨੇ ਕੇਕ ਬਣਾਉਣ ਖਾਤਰ। ਇੱਕ ਹੋਰ ਜਿਹੜੀ ਰੈਸਪੀ ਤੁਹਾਨੂੰ ਦੱਸੀ ਜਾਂਦੀ ਆ ਉਹਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨਗੇ। ਕੇਕ ਬਹੁਤ ਟੇਸਟੀ ਬਣਿਆ ਜੀ, ਸੋ ਬਹੁਤ ਸਪੋਰਟ ਕਰਦੇ ਹੋ। ਉਹਦੇ ਵੀ ਤੁਹਾਨੂੰ ਕਿਹਾ ਸੀ ਬਹੁਤ ਪਿਆਰ ਕਰਦੇ ਹੋ ਸਾਡੀ ਵੀਡੀਓਜ਼ ਨੂੰ, ਸਾਨੂੰ ਬਹੁਤ ਵਧੀਆ ਲੱਗਦਾ। ਸੋ ਆਪਾਂ ਸਾਰੇ ਜਾਣੇ ਆ ਜਿਹੜੇ ਇੱਕ ਫੈਮਿਲੀ ਹੈ ਜੀ, ਅਤੇ ਹਰ ਰੋਜ਼ ਆ ਜਿਹੜੇ ਬਹੁਤ ਨਵੇਂ ਫੈਮਿਲੀ ਮੈਂਬਰ ਆਪਣੇ ਨਾਲ ਜੁੜਦੇ ਰਹਿੰਦੇ ਆ, ਬਹੁਤ ਚੰਗਾ ਲੱਗਦਾ। ਅਤੇ ਮੈਂ ਤਾਂ ਚਾਹੁੰਦੀ ਹਾਂ ਵੀ ਜਿਹੜੀ ਆਪਣੀ ਇਹ ਫੈਮਿਲੀ ਆ ਹੋਰ ਵੀ ਵੱਡੀ ਹੋਵੇ। ਸੋ ਇਸ ਦੇ ਲਈ ਤੁਸੀਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਵੀਡੀਓਜ਼ ਨੂੰ, ਜਿੰਨਾ ਵੀ ਹੋ ਸਕਦਾ ਆਪਣੇ ਫੈਮਿਲੀ ਅਤੇ ਫਰੈਂਡਸ ਨਾਲ ਸ਼ੇਅਰ ਕਰਿਆ ਕਰੋ। ਜੇ ਚੈਨਲ ਦੇ ਨਵੇਂ ਆਉਂਦੇ ਹੋ ਤਾਂ ਜੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ। ਜਿਹੜਾ ਰੈੱਡ ਬਟਨ ਹੁੰਦਾ ਹੈਗਾ ਉਸਨੂੰ ਪ੍ਰੈਸ ਕਰਕੇ ਉਹਦੇ ਨਾਲ ਜਿਹੜਾ ਘੰਟੀ ਦਾ ਆਈਕਨ ਆਉਂਦਾ ਹੈ ਉਹਨੂੰ ਵੀ ਦੱਬਿਆ ਕਰੋ, ਤਾਂ ਜੋ ਤੁਹਾਡੇ ਕੋਲ ਆਪਣੇ ਨਵੀਆਂ ਵੀਡੀਓਜ਼ ਜਲਦ ਤੋਂ ਜਲਦ ਪਹੁੰਚਿਆ ਕਰਨ। ਸੋ ਚਲੋ ਜੀ, ਫਿਰ ਬਰਥਡੇ ਸੈਲੀਬ੍ਰੇਸ਼ਨ ਕਰ ਲਈ ਅਸੀਂ। ਬਾਏ ਬਾਏ ਹਰਫ ਬਾਏ। ਇੱਧਰ ਹਰਫ ਨੇ ਘੜੀ ਬੰਨ ਰੱਖੀ ਆ। ਸੋ ਠੀਕ ਹੈ ਜੀ, ਫਿਰ ਮਿਲਾਂਗੇ ਕਿਸੇ ਨਵੀਂ ਜੀ ਵੀਡੀਓ ਨਾਲ। ਤਦ ਤੱਕ ਲਈ ਅਸੀਂ ਸਾਰੇ ਜਣੇ ਕੇਕ ਖਾ ਲਈਏ, ਅਤੇ ਤੁਸੀਂ ਵੀ ਆਪਣੇ ਘਰੇ ਜਨਮ ਦਿਨ ਬਣਾਓ। ਹਾਂ, ਅਤੇ ਕੇਕ ਜ਼ਰੂਰ ਇਸ ਤਰੀਕੇ ਨਾਲ ਬਣਾਇਓ ਜੀ, ਬਹੁਤ ਟੇਸਟੀ ਬਣਦਾ। ਅੱਜ ਵਾਲਾ ਕੇਕ ਉਸ ਤੋਂ ਵੀ ਜ਼ਿਆਦਾ ਟੇਸਟੀ ਬਣਿਆ, ਉਸ ਦਿਨ ਆਪਾਂ ਸੂਜੀ ਦਾ ਬਣਾਇਆ ਸੀ। ਇਹ ਕੇਕ ਹੈ ਜਿਹੜਾ ਮੈਂ ਬਿਸਕਿਟ ਦਾ ਬਣਾਇਆ। ਕਈ ਮੈਨੂੰ ਕਮੈਂਟ ਵੀ ਆਏ ਸੀ ਦੀਦੀ ਤੁਸੀਂ ਕੱਢ ਕੇ ਨਹੀਂ ਦਿਖਾਇਆ ਕੇਕ, ਉਹ ਮੈਂ ਵੀਡੀਓ ਬਣਾਉਣਾ ਭੁੱਲ ਗਈ ਸੀਗੀ, ਅਤੇ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਦੇ ਜੀ। ਕੇਕ ਬਹੁਤ ਸਪੰਜੀ ਬਣਿਆ ਅਤੇ ਬਹੁਤ ਜ਼ਿਆਦਾ ਨਰਮ ਬਣਿਆ, ਕੇਕ ਬਹੁਤ ਜ਼ਿਆਦਾ ਟੇਸਟੀ ਆ। ਥੈਂਕ ਯੂ ਜੀ, ਬਾਏ 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 ਬਾਏ।